बिस्मिल्लाहिर्रहमानिर्रहीम। अस्सलाम वालेकुम दोस्तों, तुसी वेख रहे हो एतमाद टीवी ते मैं तुहाडा दोस्त मंजूर अहमद। दोस्तों कोशिश करी दी कि पहले भी तुहाडे वास्ते सोहणे ते खूबसूरत जानवरां दी वीडियो लैके हाजिर होईए। अज लैके आए एक माशाल्लाह दूसरे सूआ, उन्हें सुना है मज ने ते बड़ी खूबसूरत है ते मुट्ठी भर थाने सू ते निपलां थाने सू। माशाल्लाह तारीफ जिहड़ी चीज़ दी होवे ना तारीफ करनी बनदी है। सादा ने कहा सी कि किसे तारीफ करनी नहीं, लेकिन यह भी कहा सी कि जिहड़ी चीज़ तारीफ दे लायक होवे ना उनकी तारीफ करनी है। माशाल्लाह बड़ी खूबसूरत है। कैमरामैन मझ विखाते हैं, मझ वेखन तो पहले साडे चैनल करो सबसक्राइब तो बैल आइकन का बटन जरूर प्रेस करो ताकि साड़ी हर नई आने वाली वीडियो ताड़े तक बिल्कुल आसानी नाल पहुँच सके। कैमरामैन मझ विखाओ, फिर आप मालिक नाल गल करने। नहीं ऐसी ब्रेक मार लेने, तुसी सीमेंट सूमेंट काट लो। इन छड़ के जी ढोरो तुसी डरी खलोती है आई सैड ते ढोर लवो थोड़ा जी। वापस ला दूजी सैड ना, इधर ना थोड़ा रोशनी पेन जो भी है पूरा जी आई सैड ते ढोर है मिट्टी थोड़ा
ਸਾਰੇ ਨੂੰ ਇੱਕ ਵਾਰ ਟੂਰ ਦੇ ਨੂੰ ਲੈ ਆ ਗਿਆ। ਬੰਸ ਹਾਂਜੀ ਆਓ ਭਾਈ ਉਹਨਾਂ ਨਾਲ ਅੰਦਰ ਆਓ, ਤੁਹਾਡੇ ਨਾਲ ਗੱਲ ਕਰੀ ਹੈ ਜੀ। ਕੋਈ ਨਹੀਂ ਉਹ ਬਾਅਦ ਵਿੱਚ ਕਰ ਲਿਆ ਜੀ, ਥੋੜ੍ਹਾ ਜ਼ਿਆਦਾ ਵੀਡੀਓ ਬਣਾ ਲਈਏ ਇੱਕ ਮਿੰਟ ਉਹ ਫਿਰ ਬਣਾ ਲੈਂਦੇ ਹਾਂ ਤੁਸੀਂ ਆਓ। ਅਸਲਾਮ ਵਾਲੇਕੁਮ ਜੀ ਭਾਈ, ਉਹਨਾਂ ਦਾ ਨਾਮ ਹੈ ਤਾਲਿਬ ਸ਼ਾਹ, ਮੁਹੰਮਦ ਤਾਲਿਬ ਸ਼ਾਹ। ਇਹ ਕਿਹੜਾ ਇਲਾਕਾ ਜਾਂ ਪਿੰਡ ਪੈ ਜਾਂਦਾ ਨਜ਼ਦੀਕ ਜਿਹੜਾ? ਤਹਿਸੀਲ ਤਾਂਦਲਿਆਂ ਵਾਲਾ, ਤਹਿਸੀਲ ਹੈ ਚੱਕ 411 ਮਜਾਣਾ ਵਾਲਾ। ਤਾਂਦਲਿਆਂ ਵਾਲਾ ਨਜ਼ਦੀਕ ਪੈ ਜਾਂਦਾ ਮਜਾਣਾ ਵਾਲਿਆ ਸਾਈਡ ਦੇ, ਮਤਲਬ ਕਿ ਤਹਿਸੀਲ ਤਾਂਦਲਿਆਂ ਵਾਲਿਆ ਤੋਂ ਕਰ ਲਓ 3 ਕਿਲੋਮੀਟਰ ਹੈ? ਨਹੀਂ ਜੀ, ਤਕਰੀਬਨ 1.5 ਕਿਲੋਮੀਟਰ। ਮਤਲਬ ਕਿ 2-2.5 ਕਿਲੋਮੀਟਰ, ਜ਼ਿਆਦਾ ਵੀ ਕਰ ਲਵੋ ਤਾਂ 1.5-2 ਕਿਲੋਮੀਟਰ ਹੈ ਤਾਂਦਲਿਆਂ ਵਾਲਾ ਤਹਿਸੀਲ ਦੇ ਨਾਲ। ਇਹ ਤਾਲਿਬ ਸ਼ਾਹ ਇਹਨਾਂ ਦਾ ਨਾਮ ਹੈ ਜੀ। ਇਹ ਕਿੰਨਵਾਂ ਸੂਹਾ ਇਹਨੇ ਸੋਹਣਾ? ਦੂਸਰਾ ਸੂਹਾ ਸੋਹਣਾ ਸੂ, ਪੱਕਾ ਦੂਸਰਾ? ਮਾਸ਼ਾਅੱਲਾ, ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ ਜੀ। ਦੂਸਰਾ ਸੂਹਾ ਇਹਨਾਂ ਸੋਹਣਾ ਸੂ ਲੱਗਦੀ ਅਤੇ ਪਹਿਲਾਂ ਤਰ੍ਹਾਂ ਮਾਸ਼ਾਅੱਲਾ ਬੜੀ ਖੂਬਸੂਰਤ ਹੈ। ਅਤੇ ਇਹਦਾ ਕੋਈ ਪਹਿਲਣ ਦਾ ਰਿਕਾਰਡ ਤੁਹਾਡੇ ਕੋਲ ਹੋਵੇ? ਤੁਸੀਂ ਪੂਰਾ ਵਪਾਰ ਦੇ ਹੋ ਜਾਂ ਦੂਸਰਾ ਘਰ ਦੀ ਹੈ? ਵਪਾਰ ਦੀ ਬਾਈ, ਉਹਦੀ ਵਪਾਰੀ ਨੇ ਵੀ ਗੱਲ ਹੈ ਜਿਹੜਾ ਤੁਹਾਨੂੰ 10 ਦਿਨ ਦੇਣਗੇ ਵਪਾਰ ਦੀ। ਇਹਦਾ ਜਿਹੜਾ ਤੁਹਾਨੂੰ ਮਾਲਕਾਂ ਨੇ ਰਿਕਾਰਡ ਦੱਸਿਆ ਜਿਹੜਾ ਪੂਰਾ ਪੱਕਾ ਠੱਕਾ ਦੱਸਿਆ? ਬਹੁਤ ਅੱਛਾ ਰਿਕਾਰਡ ਇਹਦਾ ਮਾਸ਼ਾਅੱਲਾ, 15-16 ਲੀਟਰ ਦੁੱਧ ਪਹਿਲੇ ਸੂਹੇ 15-16 ਲੀਟਰ, ਬੜੀ ਮਹਾਰਤ ਰੱਖਦਾ ਜੀ। ਮਹਾਰਤ ਰੱਖਦਾ, ਮੱਝ ਵੀ ਬਹੁਤ ਅੱਛੀ ਹੈ ਮਾਸ਼ਾਅੱਲਾ। ਦੋਸਤਾਂ ਨੇ ਦੇਖੀ ਹੈ, ਨਜ਼ਰ ਵੀ ਆ ਰਹੀ ਹੈ, ਲੇਕਿਨ ਜਿਹੜਾ 15-16 ਕਿਲੋ ਦੁੱਧ ਮੇਰੇ ਵੇਖਣ ਲਈ ਤਾਂ ਚਲੋ ਤਜਰਬਾ ਥੋੜ੍ਹਾ, ਲੇਕਿਨ ਦੁੱਧ ਢੇਰ ਹੁੰਦਾ ਪਹਿਲਣ ਦਾ ਖਾਸ ਕਰ ਜੀ। ਬਹੁਤ ਜ਼ਿਆਦਾ ਦੁੱਧ ਮਾਏ, ਬਹੁਤ ਚੰਗੀ ਹੈ, ਰਿਕਾਰਡੀ ਆਫਤਾ ਹੈ, ਰਿਕਾਰਡੀ ਆਫਤਾ ਬਾਈ ਕਹਿ ਰਹੇ ਹਨ। 15-16 ਕਿਲੋ ਦੋਸਤ ਦੱਸ ਰਹੇ ਹਨ, ਲੇਕਿਨ ਮੈਂ ਵੀ ਉਹਨਾਂ ਨੂੰ ਕਹਿ ਰਿਹਾ ਵੀ ਕਾਫੀ ਮਹਾਰਤ ਰੱਖਦੀ ਜਿਹੜੀ ਮਾਸ਼ਾਅੱਲਾ ਪਹਿਲਣ ਹੋ ਕੇ 15-16 ਕਿਲੋ ਦੇਵੇ ਨਾ। ਤੁਹਾਨੂੰ ਵੀ ਦੋਸਤੋ ਪਤਾ ਹੈ ਉਹਦਾ ਇੱਕ ਨਾਮ ਹੁੰਦਾ ਹੈ, ਅਤੇ ਤੁਸੀਂ ਅਸੀਂ ਨੂੰ ਜਾਣਦੇ ਹੋ, ਵਪਾਰ ਕਰਦੇ ਹੋ, ਤੁਹਾਨੂੰ ਪਤਾ ਹੋਣਾ। ਹੁਣ ਇਹ ਕਿੰਨਾ ਕੁ ਦੁੱਧ ਕਰਸੀ ਅਤੇ ਕਿੰਨੇ ਦਿਨ ਕੱਢਦੀ ਹੈ? ਤਕਰੀਬਨ 5-6 ਦਿਨ ਕੱਢਦੀ। 5-6 ਦਿਨ ਕੱਢ ਜਾਸੀ? ਤਕਰੀਬਨ ਕੱਢ ਬੰਨੀ ਖਲੋਤੀ 4-1 ਦਿਨ ਤਾਂ ਪੱਕੇ ਹੀ ਲੈ ਜਾਸੀ, ਅਤੇ 5-6 ਦਿਨ ਦੋਸਤ ਕਹਿ ਰਹੇ ਹਨ ਠੀਕ ਹੋ ਗਿਆ ਜੀ। ਇਹਦਾ ਹੁਣ ਕਨਫਰਮ ਜਿਹਾ ਜਿਹੜਾ ਨਾ ਪੱਕੀ ਜੀ ਕੀਮਤ, ਓਵਰ ਨਹੀਂ ਮੰਗਣੀ, ਪੱਕੀ ਜੀ ਕੀਮਤ ਤੁਸੀਂ ਦੱਸਣੀ ਹੈ ਜਿਤਨਾ ਤੁਸੀਂ ਲਵਣਾ। ਮੰਗਣ ਨੂੰ ਤਾਂ ਤੁਸੀਂ 10 ਲੱਖ ਮੰਗ ਲਓ, ਸਾਨੂੰ ਮੰਗਣ ਨਾਲ ਕੋਈ ਨਹੀਂ, ਜਿੰਨੇ ਦੀ ਤੁਸੀਂ ਦੇਵਣੀ। 3.5 ਲੱਖ ਦੀ? ਇਹਦਾ ਹੁਣ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੁੱਧ ਜੇ ਸੂਹੇ ਦਾ ਦੁੱਧ ਕਰ ਜਾਸੀ ਜਿਹੜਾ ਤੁਹਾਡਾ ਦਿਲ ਮੰਨਦਾ? ਦੁੱਧ ਨਸੀਬਾਂ ਦਾ ਹੁੰਦਾ ਹੈ, 20 ਕਿਲੋ ਵੀ ਦੇ ਸਕਦੀ ਹੈ, 12 ਕਿਲੋ ਵੀ ਦੇ ਸਕਦੀ ਹੈ, 15 ਕਿਲੋ ਵੀ ਦੇ ਸਕਦੀ ਹੈ। ਉਹ ਬਿਲਕੁਲ ਤੁਹਾਡੀ ਗੱਲ ਬਜਾਏ ਨਸੀਬਾਂ ਦਾ ਹੁੰਦਾ ਹੈ, ਲੇਕਿਨ ਜਿਵੇਂ ਕੋਈ ਜਿਤਨੀ ਦੀ ਕੋਸ਼ਿਸ਼ ਕੀਤੀ ਜਾਵੇ ਉਤਨਾ ਇਸ ਦੁੱਧ ਦੇਣਾ ਹੈ ਜੀ।
ਚੂਰ ਕੁੰਡ ਸਿੰਘ ਇਸੂ ਗੇ ਅੱਖਾਂ ਸਫੈਦ ਇਸੂ ਬੜੀ ਖੂਬਸੂਰਤ ਕੱਦ ਵੀ ਸੋਹਣਾ ਇਸੂ ਗਿਆ ਵੇਲ ਵੀ ਸੋਹਣੀ ਇਸੂ ਗੀ ਲੰਬਾਈ ਵੀ ਇਸੂ ਗੀ ਅਤੇ ਮਾਸ਼ਾਅੱਲਾ ਬੜੀ ਖੂਬਸੂਰਤ ਜਿਤਨੀ ਕਹੋ ਉਤਨੀ ਖੂਬਸੂਰਤ ਮਾਝੇ ਬਾਕੀ ਨਸੀਬ ਮੁਕੱਦਰ ਦੁੱਧ ਦਾ ਤੁਹਾਨੂੰ ਬਾਈ ਹੋਰੀ ਦੱਸ ਰਹੇ ਨੇ ਵੇਖੀਏ ਹੁਣ ਅੱਲਾ ਬਿਹਤਰ ਜਾਂਦੇ ਨੇ ਪਹਿਲੇ ਸੂਏ ਦੇ ਮੁਤਾਬਿਕ ਦੱਸ ਰਹੇ ਨੇ ਕਿ 16 ਤੋਂ 17 ਕਿਲੋ ਮੰਨਣ ਵਾਲੀ ਗੱਲ ਚਲੋ ਇਹਨਾਂ ਦੀ ਜ਼ੁਬਾਨ 'ਤੇ ਯਕੀਨ ਕਰਨੇ ਆ ਬਾਕੀ ਅੱਲਾ ਬਿਹਤਰ ਜਾਣ ਸੀ ਅਤੇ ਹੁਣ ਇਹਦਾ ਕੋਈ ਪੱਕਾ ਜਿਹਾ ਰੇਟ ਦੱਸੋ ਸਾਡੇ 3 ਲੱਖ ਦਾ ਡੇਰ ਸਾਰਾ ਰੇਟ ਡੇਰ ਸਾਰਾ ਜਿਹਨੂੰ ਕਹਿੰਦੇ ਗਣੀ ਚੰਗੀ ਤਾਂ ਹੈ ਉਹ ਤਾਰੀਫ ਮੈਂ ਹੁਣ ਜ਼ਿਆਦਾ ਤਾਂ ਨਹੀਂ ਕਰਦਾ ਮਾਸ਼ਾਅੱਲਾ ਠੀਕ ਹੈ ਮੱਝ ਤੁਹਾਡੀ ਚੰਗੀ ਹੈ ਲੇਕਿਨ ਰੇਟ 3.5 ਲੱਖ ਵੀ ਇੱਕ ਵਾਰੀ ਉਹ ਬੰਦਾ ਨਿਗੇ ਮਾਰੇ ਨਾ ਡੇਰ ਸਾਰੇ ਹੁੰਦੇ ਨੇ ਅਤੇ ਸਾਡੇ ਦੋਸਤ ਤੁਹਾਨੂੰ ਇੱਕ ਹੋਰ ਥੋੜ੍ਹਾ ਜਿਹਾ ਦੱਸ ਦਈਏ ਤੁਹਾਡੇ ਕੋਲ ਅਸੀਂ ਆਏ ਪਹਿਲੀ ਦਫ਼ਾ ਸਾਨੂੰ ਪਤਾ ਵੀ ਨਹੀਂ ਸਰ ਨਾ ਤੁਹਾਨੂੰ ਇਸ ਚੀਜ਼ ਦਾ ਪਤਾ ਅਸੀਂ ਪਹਿਲੀ ਦਫ਼ਾ ਆਏ ਹਾਂ ਸਾਡੇ ਦੋਸਤ ਕਾਫੀ ਸਫ਼ਰ ਤੋਂ ਗੁਜਰਾਤ ਕਰ ਲਓ ਆਜ਼ਾਦ ਕਸ਼ਮੀਰ ਤੱਕ ਹੁਣ ਤੁਹਾਨੂੰ ਹਰ ਜ਼ਿਲ੍ਹਾ ਦਾ ਮਤਲਬ ਸਿਆਲਕੋਟ ਕਾਫੀ ਸਫ਼ਰ ਤੋਂ ਆਉਂਦੇ ਨੇ ਰਾਵਲਪਿੰਡੀ ਤੋਂ ਆਉਂਦੇ ਨੇ ਕਿਰਾਏ ਭਰ ਕੇ ਆਉਂਦੇ ਨੇ ਅਤੇ ਕੁਛ ਉਹਨਾਂ ਨਾਲ ਮੁਹੱਬਤ ਕਰੋ ਇੱਕ ਤਾਂ ਉਹਨਾਂ ਨੂੰ ਕਿਰਾਇਆ ਜ਼ਿਆਦਾ ਪੈ ਜਾਂਦਾ ਦੂਸਰਾ ਇਹ ਤਾਂ ਰੇਟ ਕੋ ਮੁਨਾਸਬ ਕਰੋ ਪੱਕੀ ਪੱਕੀ ਜਿਹੜੀ ਆਖਰੀ ਲਾਸਟ ਜਿਹੜੇ ਤੁਸੀਂ ਦੇਣਾ ਆਖਰੀ ਜਿੱਥੇ ਤੁਸੀਂ ਆਉਣਾ ਆਪਾਂ 5-5 ਘਟਾਈ ਜਾਈਏ ਨਾ ਹੀ ਅਸੀਂ ਤੁਹਾਡੇ ਨਾਲ ਬਿਆਨਾ ਕਰ ਰਹੇ ਹਾਂ ਨਾ ਤੁਸੀਂ ਸਾਨੂੰ ਛੱਡ ਕੇ ਦਿੰਦੇ ਪਿਓ ਦੋਸਤਾਂ ਨੇ ਪਸੰਦ ਕਰਨੀ ਦੋਸਤਾਂ ਨੇ ਖਰੀਦਣੀ ਅਸੀਂ ਤੁਹਾਡਾ ਪੈਗਾਮ ਉਹਨਾਂ ਤੱਕ ਪਹੁੰਚਾਉਣਾ ਉਹਨਾਂ ਦਾ ਪੈਗਾਮ ਤੁਹਾਡੇ ਤੱਕ ਪਹੁੰਚਾਉਣਾ ਤੁਹਾਡਾ ਨੰਬਰ ਵਿੱਚ ਬੁਲਾ ਦਿੰਦੇ ਹਾਂ ਤੁਹਾਡੇ ਨਾਲ ਖੁਦ ਵੀ ਡੀਲ ਕਰ ਸਕਦੇ ਨੇ ਤੁਸੀਂ ਰਾਬਤਾ ਕਰਕੇ ਤੁਹਾਡੇ ਨਾਲ ਮੁੱਕ ਸਕਦੀ ਹੈ ਸਾਡੇ ਨਾਲ ਦੋਸਤ ਕਰ ਸਕਦੇ ਨੇ ਪੱਕੀ ਦੱਸੋ ਜਾਂ ਜਿੱਥੋਂ ਤੁਸੀਂ ਘੱਟ ਕੋਈ ਨਹੀਂ ਦੇਣਾ 3,30,000 ਰੁਪਇਆ ਤਾਂ ਫਿਰ ਵੀ ਜ਼ਿਆਦਾ ਹੈ ਮੇਰੇ ਵੇ ਸਮਝਣ ਨਾਲ ਨਹੀਂ ਸ਼ਾਹ ਸਾਹਿਬ ਕੁਛ ਮੁਹੱਬਤ ਕਰੋ ਨਹੀਂ ਜੀ ਤੁਹਾਡੇ ਕੋਲ ਆਇਆ ਪਹਿਲੀ ਦਫ਼ਾ ਮੱਝ ਤਾਂ ਹੁਣ ਬਾਰ ਬਾਰ ਮੈਂ ਨਹੀਂ ਕਹਿੰਦਾ ਤੁਹਾਡੇ ਤੁਸੀਂ ਕਰ ਸਕਦੇ ਹੋ ਮਾਸ਼ਾਅੱਲਾ ਅੱਛੀ ਹੈ ਇਹ ਹੀ ਮੈਂ ਕਹਿ ਸਕਣਾ ਮਜ਼ੀਦ ਲੇਕਿਨ ਇਤਨਾ ਰੇਟ ਨਹੀਂ ਹੈ ਸਰ ਉਹ ਗੱਲ ਕਰੋ ਜਿੱਥੇ ਦੋਸਤਾਂ ਨੂੰ ਪਸੰਦ ਵੀ ਆ ਜਾਵੇ ਅਤੇ ਤੁਹਾਡੀ ਵਿਕਦੀ ਵੀ ਹੋਵੇ ਐਵੇਂ ਰੇਟ ਮੰਗੀ ਜਾਈਏ ਨਾ ਮਰ ਗਿਆ ਜੀ ਇਹਦਾ ਜਾ ਲੇਕਿਨ ਕੁਛ ਦੋਸਤਾਂ ਨੇ ਇਹੋ ਜਿਹੀ ਵੀ ਫਰਮਾਇਸ਼ ਆਇਆ ਸੀ ਅਤੇ ਸਾਨੂੰ ਦੁੱਧ ਵਾਸਤੇ ਚਾਹੀਦੀ ਅਗਰ ਕਿਸੇ ਦੋਸਤ ਨੂੰ ਇਹ ਵੀ ਪਸੰਦ ਆਉਂਦੀ ਤਾਂ ਤੁਸੀਂ ਖਰੀਦ ਸਕਦੇ ਹੋ ਕਿਤਵਾਂ ਸੁਬਾਹ ਸੂਵੀ ਦੂਸਰਾ ਸੁਬਾਹ ਸੂਵੀ ਹੈ ਕਿੰਨਾ ਦਿਨ ਹੋ ਗਿਆ ਸੂਵੀ ਨੂੰ
ਚੌਥੀ ਚਵਾਈ ਇਹਦੀ ਹੋਣੀ ਹੈ ਜੀ, ਜਾਂ ਇਹਦਾ ਮਰ ਗਿਆ ਹੈ, ਅੱਲਾ ਦਾ ਹੁਕਮ ਹੈ ਉਹ ਤਾਂ ਜੀ। ਅਤੇ ਦੁੱਧ ਇਹਦਾ ਕਿੰਨਾ ਜਿਹੜਾ ਤੁਸੀਂ ਇਸ ਟਾਈਮ ਚੋਰ ਹੈ? ਬੋਲ ਆਇਆ ਜੀ 10 ਕਿਲੋ। ਕਿੰਨਾ ਮਤਲਬ ਹੁਣ ਤਾਂ ਤੁਸੀਂ ਸਾਰਾ ਚੁਣਦੇ ਪੈਣਾ ਬੱਚੇ ਨੂੰ ਤਾਂ ਹੁਣ ਬਿਲਕੁਲ। ਕਿੰਨਾ ਕੁ ਦੁੱਧ ਕਰਸੀ ਤੁਹਾਡੇ ਜਿਹੜਾ ਹਿਸਾਬ ਨਾਲ? ਇਹਦਾ ਰਿਕਾਰਡ ਇਹ ਵੀ ਵਪਾਰ ਦੀ ਹੈ? ਹਾਂਜੀ ਵਪਾਰ, ਇਹ ਵੀ ਵਪਾਰ ਦੀ ਹੈ ਦੋਸਤੋ। ਅਤੇ ਇਹਦਾ ਹੁਣ ਤੁਹਾਡੇ ਜਿਹੜਾ ਜਿਤਨਾ ਵੀ ਕਹਿ ਲਓ ਉਤਨਾ ਥੋੜ੍ਹਾ ਬਹੁਤ ਚੰਗੀ, ਮੈਂ ਜਿਹੜੀ 10 ਕਿਲੋ ਬੋਲਾ ਦੇ ਸਕਦੀ ਹਾਂ ਨਾ ਮੈਂ। ਹਾਂਜੀ ਉਹ ਦੁੱਧ ਕੋਈ, ਮੈਂ ਦੋਸਤਾਂ ਕੋਲ ਸੁਣਿਆ ਜਿਹੜੀ ਬੋਲਾ ਜ਼ਿਆਦਾ ਦੇਵੇ ਉਹ ਦੁੱਧ ਥੋੜ੍ਹਾ ਕਰਦੀ ਹੈ। ਬਾਈ ਜਾਨ ਪਹਿਲਾ ਨਾਰਾ ਤਿੰਨ ਦਾ 13 ਕਿਲੋ ਚੋਇਆ। ਅੱਛਾ ਅੱਛਾ ਮਾਸ਼ਾਅੱਲਾ, 13 ਕਿਲੋ ਤੋਂ ਹੁਣ 5 ਕਿਲੋ ਤੁਸੀਂ ਇੱਥੇ ਚੋਕ ਗੱਡਵੀ ਨਾ ਮਿਲ ਲਓ, 5 ਤੋਂ ਵਧੇਗਾ ਦੁੱਧ ਟਾਈਮ ਦਾ ਜੀ। ਠੀਕ ਹੋ ਗਿਆ। ਤੇ ਚੌਥੀ ਚੁਆਈ ਦੁੱਧ ਕਿੰਨਾ ਕਿ ਤੁਸੀਂ ਇਹਦਾ ਹੁਣ ਅੰਦਾਜ਼ਾ ਲਗਾ ਸਕਦੇ ਹੋ ਕਿਤਨਾ ਕਿ ਦੁੱਧ ਕਰਵਾ ਦੇਓਗੇ? ਅੱਲਾ ਪਾਕ ਕਰਨਾ ਹੈ ਜੀ ਦੁੱਧ ਦਿੰਦਾ, ਤੇ ਉਮੀਦ ਹੈ ਕਿ ਮੱਝ ਕਾਫੀ ਦੁੱਧ ਵਾਲੀ ਮੱਝ ਬਹੁਤ ਚੰਗੀ। ਅੰਦਾਜ਼ਨ ਕੋਈ ਬੋਲ ਦੇਵੋ ਨਾ ਜਿੰਨਾ ਤੁਹਾਡਾ ਦਿਨ 15 ਲੀਟਰ ਤੋਂ ਘਟੇਗੀ ਨਹੀਂ? ਮੈਂ 15-16 ਲੀਟਰ ਤੋਂ ਨਹੀਂ ਘਟੇਗੀ। ਠੀਕ ਹੈ ਦੋਸਤੋ, ਮੈਂ ਤੁਹਾਨੂੰ ਵਿਖਾਣੇ ਆ ਫਿਰ ਕੁਛ ਇਹਨਾਂ ਨਾਲ ਪ੍ਰਾਈਸ ਦੀ ਕਰਨੇ ਆ ਕਿ ਕੀਮਤ ਦਾ ਪੁੱਛਣਾ ਕਿ ਕੀ ਹਿਸਾਬ ਕਿਤਾਬ ਹੈ ਮੱਝ ਦਿਖਾਓ ਜੀ ਨਾਲ। ਖਾਸ ਨੂਰ ਪੁੱਛ ਲਓ ਕੀਮਤ ਇੱਕ ਲਾਸਟ, ਤੁਸੀਂ ਇਹਦੇ ਜ਼ਿਆਦਾ ਲੰਬੀ ਵੀਡੀਓ ਹੋਵੇਗੀ, ਹਿੱਕਾ ਇੱਕ ਕੀਮਤ ਦੱਸ ਦਿਓ ਜਿਹੜੀ ਤੁਸੀਂ ਇਹਦੀ ਲੈਣੀ ਹੈ। ਇਹਦਾ 3 ਲੱਖ ਰੁਪਏ ਲੈ ਲਿਆ। ਉਹ ਵੀ 3 ਲੱਖ ਤੇ ਉਹ ਦੇਤੇ ਦੇ ਫਰਕ ਦੇ ਨਾਲ ਜਾ ਵੀ ਥੱਲੇ ਕੋਈ ਨਹੀਂ, ਜਾ ਦਾ ਕੋਈ ਅਰਜ ਨਹੀਂ ਹੁੰਦਾ ਜੀ, ਜਾ ਅੱਲਾ ਦੀ ਜ਼ਾਤ ਦੇ ਦੇਣ ਹੁੰਦਾ। ਤੇ ਮੈਂ ਉਹਦੇ ਤੋਂ ਇਹ ਮੈਂ ਚੰਗੀ ਏ ਉਸ ਤੋਂ ਚੰਗੀ ਮੈਂ ਹੀ ਦੇਵੇ, ਫਰਕ ਨਹੀਂ ਹੈ। ਨਹੀਂ ਬਾਈ ਮੇਰੀ ਸਮਝ 3 ਲੱਖ ਇਹਦਾ ਨਹੀਂ ਆ ਰਿਹਾ। ਮੱਝ ਦਿਖਾਉਣਾ ਫੇਰ ਕਰਨੇ ਆ, ਮੱਝ ਦਿਖਾਉਣਾ ਮੈਨੂੰ ਅੱਗੋਂ ਫੜੋ ਨਾ ਜੀ, ਤੇ ਸਾਡੇ ਤੇ ਵੈਸੇ ਡਰ ਵੀ ਥੋੜਾ ਜਿਹਾ। ਟੋਰ ਕੇ ਦਿਖਾ ਦੇ, ਟੋਰ ਕੇ ਦਿਖਾਓ ਤੇ ਨਾਲੇ ਪਕੜ ਲਵੋ ਇਹਨੂੰ, ਮਤਲਬ ਅਗਰ ਰੁਕ ਜਾ। ਥੋੜਾ ਟੋਰ ਟੋਰੋ ਲੈ, ਵਾਪਸ ਲੈ ਆਓ ਵਾਪਸ। ਚਲ ਬੰਦ ਥੋੜਾ ਨਾਲ ਕਰਕੇ ਬਣਾ ਲਵੋ। ਠੀਕ ਲੈ ਆਵੇ ਇੱਧਰ ਬੰਨਾ।
ਬਿਲਕੁਲ ਬਿਲਕੁਲ ਅੱਛਾ ਬਾਈ ਚਲੋ ਤੁਸੀਂ ਨਾਲ ਮਾਨ ਵੀ ਲਵੋ ਤੇ ਇਹਦਾ ਨਾ ਦੋਸਤਾਂ ਨੇ ਦੇਖ ਤੇ ਲਈਏ ਇਹਦਾ ਹੁਣ ਕੋਈ ਸਾਨੂੰ ਕਨਫਰਮ ਜਿਹਾ ਰੇਟ ਦੱਸੋ ਰੇਟ ਮੇਰੀ ਸਮਝ 'ਚ ਨਹੀਂ ਆਉਂਦਾ ਪਿਆ ਜੇ ਬਾਕੀ ਦੋਸਤਾਂ ਨੇ ਦੇਖ ਲਈਏ ਅਗਰ ਕਿਸੇ ਦੀ ਸਮਝ 'ਚ ਆਉਂਦਾ ਤੇ ਫਿਰ ਵੀ ਤੁਸੀਂ ਨਾ ਕੋਈ ਇਹਦਾ ਪਿਆਰ ਮੁਹੱਬਤ ਕਰੋ ਮੇਰੀ ਸਮਝ ਉਹ ਰੇਟ ਹੈ ਬਾਹਰ ਅਖੀਰ ਅਖੀਰ ਲਾਸਟ ਹਾਂ ਐਂਡ ਕਰੋ ਤੁਸੀਂ ਐਂਡ ਕਿੰਨੇ ਦੀ ਦੇ ਸਕਦੇ ਹੋ ਜਿੱਥੋਂ ਲਓ ਤੁਸੀਂ ਫਿਰ ਘੱਟ ਨਹੀਂ ਕਰਨਾ 280,000 ਰੁਪਈਆ ਚਲੋ ਦੋਸਤੋ ਤੁਹਾਨੂੰ ਦਿਖਾ ਦਿੱਤੀ ਇਹ ਵੀ ਮੱਝ ਵੀ ਤੁਹਾਡੀ ਪਸੰਦ ਦੀ ਗੱਲ ਹੈ 280,000 ਰੁਪਈਆ ਮੰਗ ਰਹਿਣ ਨੰਬਰ ਤੁਹਾਨੂੰ ਦੇ ਦਿੱਤਾ ਤੁਸੀਂ ਆਓ ਮਾਸ਼ਾਅੱਲਾ ਖੂਬਸੂਰਤ ਹੈ ਪਹਿਲੀ ਜਿਹੜੀ ਤੁਹਾਨੂੰ ਦਿਖਾਈ ਨਾ ਉਹਦਾ ਸਮਝ 'ਚ ਆਉਂਦਾ ਹੈ ਮਾਸ਼ਾਅੱਲਾ ਖੂਬਸੂਰਤ ਵੀ ਹੈ ਜੁੜਦਾ ਵੀ ਹੈ ਰੇਟ 'ਤੇ ਇਹਦਾ ਵੀ ਤੁਸੀਂ ਦੇਖ ਲਿਆ ਜਿਹੜੇ ਦੋਸਤ ਨੂੰ ਇਹ ਦੋਨੇ ਮੱਝਾਂ ਦੋਨੇ ਖਰੀਦਣਾ ਚਾਹੇ ਇੱਕ ਖਰੀਦਣਾ ਚਾਹੇ ਪਸੰਦ ਆਉਂਦੇ ਨੇ ਬਾਈ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਸਾਡੇ ਨਾਲ ਕਰ ਸਕਦੇ ਹੋ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਖੁਦਾ ਹਾਫਿਜ਼।